ਹਾਂਜੀ ਤਰਨ ਤਰਨ ਵਾਲਿਓ ਕਿੱਦਾਂ ਜੇ ਆਉ ਥੋੜੀਆਂ ਬਦੀਆਂ ਗੱਲਾਂ ਕਰੀਏ ਆਪਾਂ ਵੇਖਣਦੇ ਆ ਡਾਕਟਰ ਕਸ਼ਮੀਰ ਸਿੰਘ ਜੀ 16 ਦੇ ਘਰ ਦੇ ਬਾਹਰ ਅੰਗ ਹੀ ਨਾ 14 ਦਿਨਾਂ ਤੋਂ ਤਰਨ ਲਾ ਕੇ ਬੈਠੇ ਆ ਔਰ ਕਿੱਡੀ ਸ਼ਰਮ ਤੇ ਅਫਸੋਸ ਵਾਲੀ ਗੱਲ ਆ ਪੰਜਾਬੀ ਜਿਹੜੇ ਆਪਣੇ ਦਰਿਆਦਲੀ ਦਰਿਆਦਲੇ ਲਈ ਬਹੁਤ ਮਸ਼ਹੂਰ ਆ ਅੱਜ ਯਾਰ ਹੈਂਡੀਕੈਪ ਵਿਚਾਰੇ ਅੱਜ ਚੌਥਾ ਕਿ ਪੰਜਵਾਂ ਦੇਣਾ ਔਰ ਸਾਰੇ ਇੰਨੇ ਬੇਵੱਸ ਹੋ ਗਏ ਆ ਪੰਜਾਬ ਡਾਲਰ ਪਾਉਂਡ ਬਹੁਤ ਪੰਜਾਬੀ ਕਮਾਉਂਦੇ ਆ ਔਰ ਗੁਰੂ ਅਰਜਨ ਦੇਵ ਦੀ ਨਗਰੀ ਵਿੱਚ ਇੱਕ ਦਸ ਰੂਗਾ ਵੀ ਫਿਰ ਇੱਦਾਂ ਸਾਨੂੰ ਵਿਵਸਥਾ ਬਾਰੇ ਸੋਚਣਾ ਹੀ ਪੈਣਾ ਆ ਅੰਮ੍ਰਿਤਪਾਲ ਸਾਹਿਬ ਵੀਰ ਜਿਹੜਾ ਮੁੱਦੇ ਚੁੱਕਣ ਡਿਆ ਕਿ ਪੰਜਾਬ ਦਾ ਸੰਕਟ ਉਹਨਾਂ ਮੁੱਦਿਆਂ ਤੱਕ ਹੀ ਸੀਮਿਤ ਕੇ ਕਿਉਂਕਿ ਅਮਰਤਪਾਲ ਵਿੱਚ 30 ਸਾਲੋਂ ਵੀਰ ਦੀ ਉਮਰ ਆ ਜੋਸ਼ ਆ ਗੁਰੂ ਨੂੰ ਸਮਰਪਿਤ ਹੋ ਚੁੱਕਾ ਲੇਕਿਨ ਪੰਜਾਬ ਦਾ ਸੰਕਟ ਕਿੰਨਾ ਕੁ ਡੂੰਘਾ ਆ ਪੰਜਾਬ ਸਰਦਾਰ ਬਲਦੇਵ ਸਿੰਘ ਸਰਪੰਚ ਕੱਲੇ ਦੀ ਮੈਨੂੰ ਅਜੇ ਤੱਕ ਗੱਲ ਯਾਦ ਆ ਉਹਨਾਂ ਦੇ ਵੀ ਸਭ ਤੋਂ ਵੱਡਾ ਅਫਸੋਸ ਕੀ ਉਹਨੂੰ ਹੁੰਡਿਆ ਵੀ ਜਿਹੜੇ ਸਾਡੇ ਵੱਡੇ ਵਡੇਰਿਆਂ ਨੇ ਸਮਾਇਆ ਇਕੱਠਾ ਕੀਤਾ ਹੈ ਨਾ ਉਹਨੂੰ ਇਹ ਪੀੜ੍ਹੀ ਸੰਭਾਲ ਲੈਣ ਵਿੱਚ ਫੇਲ ਹੋ ਗਈ ਆ। ਔਰ ਇੱਥੇ ਜੇ ਰਹਿਣਾ ਆ ਤੇ ਫਿਰ ਤੁਹਾਨੂੰ ਵਿਵਸਥਾ ਨੂੰ ਚੈਲੰਜ ਕਰਨਾ ਪੈਣਾ। ਜਦੋਂ ਵਿਵਸਥਾ ਨੂੰ ਚੈਲੰਜ ਕਰੋਗੇ ਤੇ ਤੁਹਾਨੂੰ ਇਹਨਾਂ ਏਜੰਸੀਆਂ ਨੇ ਸਰਕਾਰ ਵਾਲਿਆਂ ਨੇ ਤੁਹਾਨੂੰ ਛੱਡਣਾ। ਤੁਹਾਨੂੰ ਸਿਸਟਮ ਤੋਂ ਸਪੋਰਟ ਨਹੀਂ ਮਿਲਣੀ। ਉਹ ਫੇਰ ਉਹੀ ਆ ਜਾਣਾ ਜਿਹਨੂੰ ਕੋਈ ਕਾਲਾ ਦੌਰ ਕਹਿੰਦਾ ਕੋਈ ਸੁਨਹਿਰੀ ਦੌਰ ਕਹਿੰਦਾ। ਲੇਕਿਨ ਆਪਣੇ ਤੋਂ ਇਹਦੇ ਤੋਂ ਇਲਾਵਾ ਕੋਈ ਹੋਰ ਰਸਤਾ ਹੈਗਾ ਆ। ਲੜਨ ਤੋਂ ਇਲਾਵਾ ਹੁਣ ਮੈਂ ਹੀ ਕਹਿੰਦਾ ਪ੍ਰਦੀਪ ਦੇ ਮਸਲੇ ਵਿੱਚ ਮੈਂ ਲੜਾਈ ਲੜਈ ਆ। 20 ਜਨਵਰੀ 77 ਪ੍ਰਦੀਪ ਕਤਲਕ ਐਕਸ਼ਨ ਕਮੇਟੀ ਤੇ ਕੀ ਮਿਲਿਆ? ਕੁਝ ਵੀ ਨਹੀਂ। ਕੁਝ ਨਹੀਂ ਮਿਲਿਆ। ਅਜੇ ਲੜਾਈ ਜਾਰੀ ਆ। ਲੋਕਾਂ ਦਾ ਵਿਸ਼ਵਾਸ ਬਹਾਲ ਕਿੱਦਾਂ ਹੋਊਗਾ? ਨਹੀਂ ਹੋਣਾ। ਮੈਂ ਹੀ ਕਹਿੰਦੇ ਨਹੀਂ ਹੋਣਾ। ਹੁਣ ਐਜੂਕੇਸ਼ਨ ਸਿਸਟਮ ਦੇ ਗੱਲ ਕਰਦੇ ਆਂ ਮੈਂ ਕੱਲ ਇੱਕ ਰਿਪੋਰਟ ਦਾਇਰ ਕਰਕੇ ਆਇਆ। ਬڑا ਮਾਨਜੋਗ ਪੰਜਾਬ ਵਿਚ ਹਰਿਆਣਾ ਕਾਟ ਹਾਈ ਕੋਰਟ ਨੇ ਰੀਲੀਫ ਦਿੱਤੀ ਆ ਲੇਕਿਨ ਆਸ ਜਿਕਰ ਨਹੀਂ ਨਜ਼ਰ ਆ ਰਹੀ ਐਂ ਲੱਗਦਾ ਪਈ ਅਰਾਜਕਤਾ ਵਾਲੇ ਅਰਾਜਕਤਾ ਵਾਲੇ ਬਣੇ ਜ ਨਹੀਂ ਵੱਧ ਰਹੇ ਸੰਕਟ ਡੂੰਘਾ ਨਾ ਜਾ ਰਿਹਾ ਆਓ ਰਲ ਮਿਲ ਕੇ ਯਤਨ ਕਰੀਏ ਦੇ ਪਚਾਈਏ ਗੁਰੂ ਦੀ ਨਗਰੀ ਗੁਰੂ ਅਰਜਨ ਦੇਵ ਦੀ ਨਗਰੀ ਤਰਨਤਾਰਨ ਤੇ ਦਸਾਂ ਗੁਰੂਆਂ ਦੀ ਧਰਤੀ ਪੰਜਾਬ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ